ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੇ ਪਹਿਲੇ ਵੱਡੀ ਖਬਰ ਦੇ ਬਲ ਨਮੀਆਂ ਪੰਚਾਇਤਾਂ ਦੇ ਲਈ ਸਰਕਾਰੀ ਫਰਮਾਨ ਪਹਿਲੇ ਦਸੰਬਰ ਤੱਕ ਕਰ ਲਵੋ ਇਹ ਕੰਮ ਨਹੀਂ ਹੋਏਗਾ ਸਖਤ ਐਕਸ਼ਨ ਤਾਂ ਦੋਸਤੋ ਪੰਜਾਬ ਸਰਕਾਰ ਨੇ ਨਮੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਲਈ ਫਰਮਾਨ ਜਾਰੀ ਕੀਤਾ ਹੈ ਪੰਜਾਬ ਦੀਆਂ ਨਮੀਆਂ ਚੁਣੀਆਂ ਗਈਆਂ ਪੰਚਾਇਤਾਂ ਦੇ ਪਹਿਲੇ ਮੀਟਿੰਗਾਂ ਪਹਿਲੀ ਦਸੰਬਰ ਤੱਕ ਹਰ ਹਾਲਤ ਵਿੱਚ ਕਰਬਾਉਣੀ ਹੋਵੇਗੀ ਜਿਹਾ ਨਾ ਕਰਨ ਦੇ ਸੂਰਤ ਵਿੱਚ ਸਖਤ ਐਕਸ਼ਨ ਲਿਆ ਜਾਏਗਾ ਐਸਾ ਮੀਟਿੰਗ ਦੇ ਬਕਾਇਦਾ ਵੀਡੀਓਗ੍ਰਾਫੀ ਦੀ ਵਿਹਾਦਾਇਤਾ ਕੀਤਾ ਗਿਆ ਦਰਸਾਲਾ ਐਸਾ ਸਬੰਧੀ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਿਧੀਕਾ 77 ਪਰਮਜੀਤ ਸਿੰਘ ਨੇ 21 ਨਵੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਲਿਖਤੀ ਪੱਤਰ ਭੇਜ ਕੇ ਨਿਰਦੇਸ਼ ਦਿੱਤੇ ਹਨ ਵਿਭਾਗ ਦੇ ਵਿਧੀਕਾ 77 ਦਾ ਕਹਿਣ ਹੈ ਕਿ ਅਗਲੇ 10 ਦਿਨਾਂ ਦੇ ਵਿੱਚ ਨਮੀਆਂ ਪੰਚਾਇਤਾਂ ਦੀ ਪਹਿਲੀ ਮੀਟਿੰਗਾਂ ਹਰ ਹਾਲਤ ਵਿੱਚ ਜੇ ਕਿਨੀ ਬਣਾਈ ਜਾਵੇ ਉਹਨਾਂ ਨੇ ਕਹਿ ਕੇ ਪੰਚਾਇਤ ਦੇ ਪਹਿਲੇ ਮੀਟਿੰਗ ਤੋਂ ਹੀ ਪੰਚਾਇਤ ਦਾ 5 ਸਾਲ ਦਾ ਕਾਰਜਕਾਲ ਤੈਅ ਹੁੰਦਾ ਹੈ ਤੇ ਇਸ ਵਿੱਚ ਕੋਈ ਵੀ ਦੇਰੀ ਨਾ ਕੀਤੀ ਜਾਵੇ ਚੰਗੀ ਖਬਰ ਹੈ ਪੰਜਾਬ ਦੇ ਲੋਕਾਂ ਦੇ ਖਾਤਿਆਂ ਵਿੱਚ ਪਾਏ ਗਏ ਪੈਸੇ ਕਰੋੜਾਂ ਦੀ ਰਕਮ ਕੀਤੀ ਗਈ ਜਾਰੀ ਤਾਂ ਦੋਸਤੋ ਪਾਇ ਛੜੀਆਂਆਂ ਸ਼ਰੇਣੀਆਂ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਤੇ ਅਨੁਸੂਚਿਤ ਜਾਤਾਂ ਦੇ 1267 ਲਾਪਾਤਰਿਆਂ ਦੇ ਲਈ ਪੰਜਾਬ ਸਰਕਾਰ ਨੇ ਆਸ਼ੀਰਵਾਦ ਸਕੀਮ ਦੇ ਤਹਿਤ 9.51 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ ਸਮਾਜਿਕ ਨਿਆਂ ਸਸ਼ਕਤੀਕਰਨ ਅਤੇ ਘੱਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਦਾ ਕਹਿਣਾ ਕਿ ਸੁਭਾ ਸਰਕਾਰ ਪਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਭਲਾਈ ਦੇ ਲਈ ਤੇਜ਼ੀ ਦੇ ਨਾਲ ਕੰਮ ਕਰ ਰਹੀ ਹੈ ਆਸ਼ੀਰਵਾਦ ਜੁਨਨ ਤਹਿਤ ਜ਼ਿਲ੍ਹਾ ਬਰਨਾਲਾ ਫਰੀਦਕੋਟ ਹਸ਼ਿਆਰਪੁਰ ਜਲੰਧਰ ਸ਼੍ਰੀ ਮਕਸਰ ਸਾਹਿਬਾ ਪਟਿਆਲਾ ਰੂਪਨਗਰ ਐਸ اے ਐਸ ਨਗਰ ਐਸ ਬੀ ਐਸ ਨਗਰ ਸੰਗਰੂਰਾ ਤੇ ਮਲੇਰਕੋਟਲਾ ਦੇ ਪਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਕਮਯੋਰ ਵਰਗਾਂ ਦੇ 1300 ਕਤਿਲਾ ਲਾਭਪਾਤਰਾਂ ਨੂੰ 6.78 ਕਰੋੜ ਰੁਪਏ ਜਾਰੀ ਕੀਤੇ ਗਏ ਅਤੇ ਲਾਭਪਾਤੇ ਆਪਣੇ ਬੈਂਕਾਂ ਵਿੱਚ ਜਾ ਕੇ ਚੈੱਕ ਕਰਨ ਬੈਲੈਂਸ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਣ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤ ਘੰਟਾ ਵਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕਿ ਇਨਸਾਨ ਅਗੋ ਜਗਜੀਤ ਸਿੰਘ ਅੱਡੇ ਵਾਲੋਂ ਪਲਸ ਨੇ ਹਰਾਸਤ ਬੈ ਚੱਲਿਆ ਅੱਜ ਸ਼ੁਰੂ ਕਰਨ ਵਾਲੇ ਸੀ ਪੌਖੜ ਤਾਲ ਕੇ ਸਾਨਾਗੋ ਜਗਜੀਤ ਸਿੰਘ ਡੱਲੇਵਾਲ ਨੂੰ ਪੁਲਿਸ ਨੇ ਹਰਾਸਤਬੈਚ ਲੈ ਲਿਆ ਤੇ ਅੱਜ 26 ਨਵੰਬਰ ਨੂੰ ਪੰਜਾਬ ਹਰਿਆਣਾ ਦੇ ਖਨੋਰੀ ਬਾਰਡਰ ਤੇ ਪੌਖੜ ਤਾਲ ਸ਼ੁਰੂ ਕਰਨ ਵਾਲੇ ਸਨ ਤੇ ਉਹਨਾਂ ਨੂੰ ਦੇਰ ਰਾਤ ਪੁਲਿਸ ਨੇ ਹਰਾਸਤਬੈਚ ਲੈ ਲਿਆ ਸੂਤਰਾਂ ਦੇ ਮੁਤਾਬਕ ਪੁਲਿਸ ਹਰਾਸਤਬੈਚ ਲੈਣ ਤੋਂ ਬਾਅਦ ਡੱਲੇਵਾਲ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਲੈ ਕੇ ਗਈ ਆ ਪ੍ਰੈਸ ਕਾਨਫਰੰਸ ਕਰ ਪੌਖੜ ਤਾਲ ਦਾ ਕੀਤਾ ਗਿਆ ਸੀ ਐਲਾਨ ਜਗਜੀਤ ਡੱਲੇਵਾਲ ਨੇ ਇੱਕ ਦਿਨ ਪਹਿਲਾਂ ਸੋਮਵਾਰ ਨੂੰ ਫਰੀਦਕੋਟ ਆ ਵਿੱਚ ਪ੍ਰੈਸ ਕਾਨਫਰੰਸ ਕਰਦੇ ਕਿਹਾ ਸੀ ਕਿ ਉਹ ਪੌਖੜ ਹੜਤਾਲ ਤੇ ਬੈਠਣ ਜਾ ਰਹੇ ਹਨ ਕੇਂਦਰ ਸਰਕਾਰ ਨੂੰ ਉਹਨਾਂ ਦੀ ਮੰਗਾਂ ਨੂੰ ਪੂਰਾ ਕਰਨਾ ਪਵੇਗਾ ਜਾਂ ਫਿਰ ਉਹ ਜਾਨ ਕੁਰਬਾਨ ਕਰ ਦੇਣਗੇ ਉਹਨਾਂ ਦੀ ਮੌਤ ਤੋਂ ਵੀ ਇਹ ਅੰਦੋਲਨ ਨਹੀਂ ਰੁਕੇਗਾ ਉਹਨਾਂ ਨੇ ਕਹਿ ਕੇ ਮੇਰੀ ਮੌਤ ਤੋਂ ਬਾਅਦ ਦਾ ਦੂਜੇ ਆਗੂ ਪੌਖੜ ਹੜਤਾਲ ਤੇ ਬੈਠਣਗੇ ਕਿ ਸਾਨਾਗੋ ਜਗਜੀਤ ਸਿੰਘ ਢੱਲੇਵਾਲ ਦਾ ਕਹਿਣਾ ਹੈ ਕਿ ਇਸ ਕਰਕੇ ਉਹਨਾਂ ਨੇ ਆਪਣੀ ਜ਼ਮੀਨੋਂ ਪੋਤਾ ਨੁਆਤੇ ਪੋਤੇ ਦੇ ਨਾਂ ਕਰਵਾ ਦਿੱਤੀ ਆ ਤਾਂ ਕਿ ਕੋਈ ਵਿਵਾਦ ਨਾ ਰਹੇ ਅਤੇ ਉਹਨਾਂ ਨੇ ਅੱਗੇ ਕਹਿ ਕੇ ਕਿ ਕਿਸਾਨ ਸੰਗਠਨ ਜਾਗਰੂਕਤਾ ਅਭਿਆਨ ਤਹਿਤ ਆ ਘਰ ਘਰ ਜਾ ਕੇ ਸਮਰਥਨ ਇਕੱਠਾ ਕਰ ਰਹੇ ਹੰਤੇ ਆਪਣੀਆਂ ਮੰਗਾਂ ਨੂੰ ਲੈ ਕੇ ਲੋਕਾਂ ਨੂੰ ਜਾਣੂ ਕਰਵਾ ਰਹੇ ਹੰਤੇ ਅਨੁਮਾਨ ਹੈ ਕਿ ਕਿਸਾਨ ਖਨੌਰੀ ਬਾਰਡਰ ਤੇ ਪਹੁੰਚਣਗੇ ਡੱਲੇਵਾਲ ਤੇ ਪੁਲਿਸ ਐਕਸ਼ਨ ਮਗਰੋਂ ਕਿਸਾਨ ਲੀਡਰ ਕਹਾੜ ਦਾ ਵੱਡਾ ਖਰਾਸਾ ਕਿਸਾਨਾਂ ਦਾ ਖੂਨਾਂ ਮਾਰਨ ਲੱਗਾ ਉਬਾਲੇ ਕਿਸਾਨ ਆਂਦੋਲਨ ਮੋੜਾ ਮਗਦਾ ਦਿਖਾਈ ਦੇ ਰਿਹਾ ਮਰਨ ਭਾਰਤ ਤੋਂ ਪਹਿਲਾਂ ਕਿਸਾਨ ਲੀਡਰ ਜਗਜੀਤ ਸਿੰਘ ਢੱਲੇਵਾਲ ਨੂੰ ਪੁਲਿਸ ਦੇ ਵੱਲੋਂ ਰਾਤੋ ਰਾਤ ਚੁੱਕਣ ਮਗਰੋਂ ਕਿਸਾਨਾਂ ਦੇ ਅੰਦਰ ਰੋਹ ਹੋਰ ਵੀ ਵਗ ਚੁੱਕਾ ਹੈ ਕਿਸਾਨ ਜਥੇਬੰਦ ਨੇ ਚੇਤਾਵਨੀ ਦਿੱਤੀ ਹੈ ਕਿ ਸਰਕਾਰ ਦੇ ਐਸਾ ਐਕਸ਼ਨ ਦੇ ਗੰਭੀਰ ਨਤੀਜੇ ਨਿਕਲਣਗੇ ਕੇਂਦਰ ਦੇ ਨਾਲ ਨਾਲ ਹੁਣ ਪੰਜਾਬ ਸਰਕਾਰ ਵੀ ਕਿਸਾਨਾਂ ਦੇ ਨਿਸ਼ਾਨੇ ਦੇ ਉੱਪਰ ਆ ਚੁੱਕੀ ਹੈ ਕੇਸਾਨ ਲੀਡਰ ਆਬੇ ਮੰਨਿਓ ਕਹਾੜਨੇ ਦੋਸ਼ ਲਾਇਕ ਕੇ ਪੁਲਿਸ ਡਲੇਵਾਲ ਨੂੰ ਸਿਰਫ ਔਕੜ ਤੇ ਵਿੱਚ ਚੱਕ ਕੇ ਲੈ ਗਿਆ ਇਹਨੇ ਠੰਡ ਹੁੰਦੇ ਬਾਅਦ ਯੋਦਾ ਉਹਨਾਂ ਨੂੰ ਪਜਾਮਾ ਤੇ ਗਰਮਾ ਕੱਪੜੇ ਪਾਉਣ ਦੇ ਇਜਾਜ਼ਤ ਨਹੀਂ ਦਿੱਤੀ ਗਈ ਪੁਲਿਸ ਐਕਸ਼ਨ ਵੇਲੇ ਡਲੇਵਾਲ ਦੇ ਨਾਲ ਮੌਜੂਦ ਆ ਕੇਸਾਨ ਆਗੂ ਆਬੇ ਮੰਨਿਓ ਕਹਾੜਦਾ ਹੈ ਕਿ ਜਦੋਂ ਡਲੇਵਾਲ ਰਾਤ ਨੂੰ ਆਰਾਮ ਕਰ ਰਿਹਾ ਸੀ ਤਾਂ ਦੁਮਾ ਪਾਸਾ ਤੋਂ ਪੁਲਿਸ ਨੇ ਆ ਕੇ ਉਹਨਾਂ ਨੂੰ ਹਰਾਸਤ ਵਿੱਚ ਲੈ ਲਿਆ ਜਦੋਂ ਢੱਲੇਵਾਲ ਨੂੰ ਚੁੱਕਿਆ ਗਿਆ ਤਾਂ ਉਹਨਾਂ ਨੇ ਕਹਤਾ ਤੇ ਕਿ ਸ਼ਹਿਰਾ ਹੀ ਪਾਇਆ ਹੋਇਆ ਸੀ 68 ਸਾਲਾ ਢੱਲੇਵਾਲ ਨੂੰ ਠੰਡ ਹੁੰਦੇ باوجودਾ ਨਾ ਤਾਂ ਪਜਾਮਾ ਪੈਣ ਦੀ ਇਜਾਜ਼ਤ ਦਿੱਤੀ ਗਈ ਤੇ ਨਾ ਹੀ ਕੋਈ ਗਰਮ ਕੱਪੜੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਛੁੱਟੀ ਦਾ ਐਲਾਨ ਅੱਜ ਦਿਨ ਸਕੂਲਾਂ ਕਾਲਜਾਂ ਰਹਿਣਗੇ ਬੰਦ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਇੱਕ ਹੋਰ ਛੁੱਟੀ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ 6 ਦਸੰਬਰ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਆ ਉੱਥੇ ਸਰਕਾਰੀ ਦਫ਼ਤਰਾਂ ਬੋੜਾ ਕਾਰਪੋਰੇਸ਼ਨਾਂ ਤੇ ਹੋਰ ਸਾਰੇ ادارے ਬੰਦ ਰਹਿਣਗੇ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ 6 ਦਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਤੇ ਜੈਸ ਨੂੰ ਮੌਕਾ ਰੱਖਦਿਆਂ ਹੋਇਆਂ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਛੁੱਟੀ ਰਹੇਗੀ ਚੰਡੀਗੜ੍ਹ ਪ੍ਰਸ਼ਾਸਨ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ ਛੋਟੀ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਹੈ ਨੋਟੀਫਿਕੇਸ਼ਨ ਦੇ ਅਨੁਸਾਰ 6 ਦਸੰਬਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਸਰਕਾਰੀ ਦਫ਼ਤਰ ਬੋਰਡਾ ਕਾਰਪੋਰੇਸ਼ਨ ਅਤੇ ਹੋਰ ਆਦਾਰੇ ਬੰਦ ਰਹਿਣਗੇ ਪਟਿਆਲਾ ਤੋਂ ਅਮਰਸਰ ਤੱਕ ਸ਼ੁਕਰਾਨਾ ਯਾਤਰਾ ਕੱਢੇਗੀ ਆਪ ਜਿਮਣੀ ਚੁੰਦੇਵਾਂ ਚੋਇ ਜੱਤ ਤੋਂ ਬਾਅਦ ਲਿਆ ਫੈਸਲਾ ਜਾਣੋ ਰੂਟ ਪਲਾਨ ਤਾਂ ਦੋਸਤੋ ਆਮ ਆਦਮੀ ਪਾਰਟੀ ਆਪ ਪੰਜਾਬ ਦੇ ਵਿੱਚ ਪਾਰਟੀ ਨੂੰ ਨਵਾਂ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਮਿਲਣ ਅਤੇ ਜਿਮਣੀ ਚੋਣ ਦੇ ਵਿੱਚ ਤਿੰਨ ਸੀਟਾਂ ਤੇ ਮਿਲੀ ਵੱਡੀ ਜੱਤ ਦਾ ਜੈਸ਼ਨ ਮਨਾਉਣ ਦੇ ਲਈ ਅੱਜ ਪਟਿਆਲਾ ਤੋਂ ਅਮਰ ਸਰਤਾਕਾ ਸ਼ੁਕਰਾਨਾ ਯਾਤਰਾ ਕੱਢੇਗੀ ਇਹ ਜਾਣਕਾਰੀ ਆਪ ਆਗੂ ਅਤੇ ਪੰਜਾਬ ਸਰਕਾਰ ਦੇ ਵਿੱਚ ਕੈਬਨਟ ਮੰਤਰੀ ਤਰਨਪ੍ਰੀਤ ਸਿੰਘਾ ਸੌਂਦ ਨੇ ਪਾਰਟੀ ਦਾ ਪ੍ਰਚਾਰ ਚਿੰਗੜ ਬਿਕੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦਿੱਤੀ ਇਹ ਯਾਤਰਾ ਪਟਿਆਲਾ ਦੇ ਕਾਲੀ ਮਾਤਾ ਮੰਦਿਰ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਪਹੁੰਚੇਗੀ ਰਾਜ ਦੇ ਕਈ ਵਿਧਾਨ ਸਭਾ ਹਲਕਿਆਂ ਵਿੱਚ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ ਪਾਰਟੀ ਨੇ ਇਹ ਚੋਣ ਜੱਤ ਕੇ ਇਤਿਹਾਸ ਰਚ ਰਤਾ ਪਾਰਟੀ ਦੇ ਕੋਲ ਹੁਣ ਕੁੱਲ 95 ਵਿਧਾਇਕਾ ਨਗਰ ਨੈਗਮਾ ਚੋਣਾਂ ਤੋਂ ਪਹਿਲਾਂ ਇਹ ਸਭਾ ਨੇ ਆਪ ਪਾਰਟੀ ਵਰਕਰਾਂ ਵਿੱਚ ਜੋਸ਼ ਭਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਸਾਢੇ 3 ਸਾਲਾਂ ਵਿੱਚ ਪਾਰਟੀ ਦੀ ਇਹ ਪਹਿਲੀ ਯਾਤਰਾ ਹੈ ਕੜਾਕਰੇ ਠੰਡ ਦੇ ਨਾਲ ਕੰਬੇਗਾ ਪੰਜਾਬ ਦਸੰਬਰ ਮਹੀਨੇ ਹੋਏਗਾ ਬੁਰਾ ਹਾਲ ਜਾਣੂ ਮਿਹਤ ਧੰਦ ਦੇ ਨਾਲ ਜੁੜੀ ਨਵੀਂ ਅਪਡੇਟ ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮਾ ਖਬਰਾਂ ਸਾਹਮਣੇ ਆ ਰਹੀਆਂ ਹਨ ਦਰਅਸਲ ਮੌਸਮ ਵਿਭਾਗ ਨੇ ਹਫਤੇ ਦੇ ਅੰਤ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਜਾਰੀ ਕੀਤੀ ਹੈ ਜਿਸ ਦੇ ਕਾਰਨ ਠੰਡ ਹੋਰ ਜ਼ਿਆਦਾ ਵਧਣ ਦੀ ਸੰਭਾਵਨਾ ਹੈ ਵਿਭਾਗ ਦੇ ਅਨੁਸਾਰ ਸੂਬੇ ਦੇ 7 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਿਆ ਜਿਨ੍ਹਾਂ ਦੇ ਵਿੱਚ ਅਮਰਸਰ ਨਮਾ ਸ਼ਰਕਪੂਰ ਥਲਾ ਜਲੰਧਰ ਲੁਧਿਆਣਾ ਫਤਿਹਗੜ੍ਹ ਸਹਿਬ ਅਤੇ ਪਟਿਆਲਾ ਸ਼ਾਮਲ ਹਨ ਮੌਸਮਾ ਕੇਂਦਰ ਦੇ ਅਨੁਸਾਰ ਸ਼ਹਿਰਾਂ ਦਾ ਤਾਪਮਾਨ ਇੱਕ ਹਫ਼ਤੇ ਦੇ ਵਿੱਚ 2 ਤੋਂ 3 ਡਿਗਰੀ ਤੱਕ ਹੇਠਾਂ ਆ ਸਕਦਾ ਹੈ ਜਿਸ ਦੇ ਕਾਰਨ ਕੜਕਰੀ ਠੰਡ ਪੈ ਸਕਦੀ ਹੈ ਦੱਸਦੇ ਕਿ ਬਠਿੰਡਾ ਦੇ ਵਿੱਚ ਰਾਤ ਦਾ ਸਾウト ਘਟ ਤਾਪਮਨ 9.4 ਡਿਗਰੀ ਦਰਜ ਕੀਤਾ ਗਿਆ ਦਸੰਬਰ ਦੇ ਪਹਿਲੇ ਹਫਤੇ ਤੱਕ ਠੰਡਾ ਹੋਰ ਵੀ ਵਧੇਗੀ ਮੌਸਮਾ ਕੇਂਦਰ ਦੇ ਅਨੁਸਾਰ ਦਸੰਬਰ ਦੇ ਵਿਚਕਾਰ ਰਾਤ ਦਾ ਆਮ ਤਾਪਮਨ 11-12 ਡਿਗਰੀ ਤੱਕ ਹੁੰਦਾ ਹੈ ਤੇ ਹੁਣ ਇਸ ਪੱਧਰ ਤੱਕ ਪਹੁੰਚ ਗਿਆ 25-26 ਤਰੀਕ ਨੂੰ ਤਾਪ ਪਰਗੇ ਤੇ 27 ਅਤੇ 28 ਤਰੀਕ ਨੂੰ ਠੰਡ ਦਾ ਪ੍ਰਭਾਵ ਰਹੇਗਾ ਭਾਰਤ ਦੇ ਗਵੰਡ ਦੇ ਵਿਚ 16000 ਰੁਪਏ ਸਸਤਾ ਹੋਇਆ ਸੋਨਾ ਜਾਣੋ ਕੀ ਆ ਤਾਜ਼ਾ ਰੇਟ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੇ ਵਿੱਚ ਸੋਨੇ ਦੀ ਕੀਮਤ ਵਿੱਚ ਲਗਭਗ 16000 ਰੁਪਏ ਤੱਕ ਦੀ ਕਟੌਤੀ ਕੀਤੀ ਹੈ ਨੇਪਾਲ ਸਰਕਾਰ ਨੇ ਭਾਰਤ ਦੇ ਰੁਕ ਨੂੰ ਦੇਖਦੇ ਹੋਏ ਇਹ ਫੈਸਲਾ ਲੈ ਤੈਸ ਤੋਂ ਪਹਿਲਾਂ ਜੁਲਾਈ ਦੇ ਵਿੱਚ ਪੇਸ਼ ਕੀਤੇ ਗਏ ਬਜਟ ਵਿੱਚ ਭਾਰਤ ਸਰਕਾਰ ਨੇ ਸੋਨਾ ਤੇ ਚਾਂਦੀ ਦੇ ਡਰਾਮ ਦਾ ਡਿਊਟੀ 15 ਫੀਸਦੀ ਤੋਂ ਘਟਾ ਕੇ 6 ਫੀਸਦੀ ਤੱਕ ਕਰ ਦਿੱਤੇ ਗਏ ਇਸ ਜਦ ਦੇ ਕਾਰਨ ਸੋਨਾ ਕਰੀਬ 6000 ਰੁਪਏ ਤੱਕ ਸਸਤਾ ਹੋ ਗਿਆ ਤੇ ਨੇਪਾਲ ਸਰਕਾਰ ਨੇ ਵੀ ਅਜਿਹੇ ਕਦਮ ਚੁੱਕਿਆ ਤੇ ਜਿਸ ਦੇ ਕਾਰਨ ਇਥੇ ਸੋਨੇ ਦੀ ਕੀਮਤਾਂ 16000 ਰੁਪਏ ਪ੍ਰਤੀ ਤੁਲਾ ਤੱਕ ਘਟ ਗਈ ਹੈ ਅੱਜ ਕਰਬਾਲੋ ਟੈਂਕੀਆਂ ਫੁੱਲ ਸਸਤਾ ਹੋ ਗਿਆ ਪੈਟਰੋਲ ਅਤੇ ਡੀਜ਼ਲ ਗਲੋਬਲ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਆਈ ਭਾਰੀ ਗਰਾਉਂਡ ਦਾ ਅਸਰ ਆ ਮੰਗਲਵਾਰ ਸਵੇਰੇ ਦੇਖਦੇ ਸਾਰੇ ਵੱਡੇ ਸ਼ਰਨ ਵਿੱਚ ਦੇਖਣ ਨੂੰ ਮਿਲਿਆ ਸਰਕਾਰੀ ਤੇਲ ਕੰਪਨੀਆਂ ਨੇ ਅੱਜ यूपी ਤੋਂ ਲੈ ਕੇ बिहार तक ਦੇ ਕਈ ਜ਼ਿਲ੍ਹਿਆਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਅਪਰਚੂਨ ਕੀਮਤਾਂ ਦੇ ਵਿੱਚ ਕਟੌਤੀ ਕਰ ਦਿੱਤੀ ਆ ਹਾਲਾਂਕਿ ਦਿੱਲੀ ਸਮੇਤ ਦੇਹ ਦੇ ਚਾਰੇ ਮਹਾਨਗਰਾਂ ਦੇ ਵਿੱਚ ਅੱਜ ਵੀ ਤੇਲ ਦੀਆਂ ਅਪਰਚੂਨ ਕੀਮਤਾਂ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਸਰਕਾਰੀ ਤੇਲ ਕੰਪਨੀਆਂ ਦੇ ਮੁਤਾਬਕ ਯੂਪੀ ਦੇ ਗੌਤਮਬੱਦਨਗਰ ਨੁਆਇਡਾ ਤੇ ਗ੍ਰੇਟਰ ਨੁਆਇਡਾ ਦੇ ਵਿੱਚ ਪੈਟਰੋਲ 27 ਪੈਸੇ ਸਸਤਾ ਹੋ ਕੇ 94.71 ਰੁਪਏ ਪ੍ਰਤੀ ਲੀਟਰ ਵੇਚਿਆ ਜਾ ਰਿਹਾ ਡੀਜ਼ਲ ਵੀ 32 ਪੈਸੇ ਦੀ ਗ੍ਰਾਵਟ ਦੇ ਨਾਲ 87.81 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਿਆ ਗਾਜ਼ੀਆਬਾਦ ਦੇ ਵਿੱਚ ਪੈਟਰੋਲ 8 ਪੈਸੇ ਦੀ ਗ੍ਰਾਵਟ ਦੇ ਨਾਲ 94.45 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ 9 ਪੈਸੇ ਦੀ ਗ੍ਰਾਵਟ ਦੇ ਨਾਲ 87.52 ਪੈ ਪ੍ਰਤੀ ਲੀਟਰ ਤੇ ਵੇਚ ਰਿਹਾ ਹੈ ਹਾਈ ਕੋਰਟ ਨੇ ਸਾਧਮੀਆਂ ਦੇ ਜੈਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਸੌਦਾ ਸਾਦੇ ਅਪੀਲ ਤੇ ਸੁਣਵਾਈ 10 ਦਸੰਬਰ ਤੱਕ ਕੀਤੀ ਮਲਤਵੀ ਤਾਂ ਦੋਸਤੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਧਮੀਆਂ ਦੇ ਜੈਨਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਸਜ਼ਾ ਭੁਗਤ ਰਹੇ ਸੌਦਾ ਸਾਦੇ ਸਜ਼ਾ ਦੇ ਵਿਰੋਧ ਦਾ ਅਪੀਲ ਤੇ ਸੁਣਵਾਈ ਹੁਣ 10 ਦਸੰਬਰ ਤੱਕ ਮਲਤਵੀ ਕਰ ਦਿੱਤੇ ਗਿਆ ਮਾਮਲੇ ਦੇ ਸੁਣਵਾਈ ਦੇ ਦੌਰਾਨ ਅਦਾਲਤ ਨੇ CBI ਨੂੰ ਸਮਾਂ ਮੰਗਣ ਤੇ ਫਟਕਾਰ ਲਗਾਈ ਗਈ